ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਛੋਟੀ ਜਿਹੀ ਵੀਡੀਓ ਵਿੱਚ ਅਸੀਂ ਤੁਹਾਡੇ ਤੱਕ ਕੁਝ ਗੁਰਬਾਣੀ ਦੇ, ਕੁਝ ਗੁਰਸਿੱਖਾਂ ਦੇ ਅਤੇ ਕੁਝ ਦੁਨੀਆ ਦੇ ਹੋਰ ਸਿਆਣਿਆਂ ਦੇ ਕ੍ਰੋਧ ਬਾਰੇ ਵਿਚਾਰ ਦੱਸਾਂਗੇ। ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਆਪਣੇ ਗੁੱਸੇ 'ਤੇ ਕੁਝ ਕੰਟਰੋਲ ਵਧੇਗਾ ਅਤੇ ਮਨ ਨੂੰ ਸ਼ਾਂਤੀ ਅਤੇ ਗਿਆਨ ਪ੍ਰਾਪਤ ਹੋਵੇਗਾ। ਇਹ ਵੀਡੀਓ ਨੂੰ ਅੰਤ ਤੱਕ ਦੇਖਣ ਵਿੱਚ ਫਾਇਦਾ ਹੀ ਫਾਇਦਾ ਹੈ। ਗੁਰਬਾਣੀ ਵਿੱਚ ਕ੍ਰੋਧ ਨੂੰ ਚੰਡਾਲ ਕਿਹਾ ਗਿਆ ਹੈ, ਸੋ ਜੋ ਕ੍ਰੋਧ ਕਰਦਾ ਹੈ ਉਹ ਉਸ ਵੇਲੇ ਚੰਡਾਲ ਹੁੰਦਾ ਹੈ। ਮਿੱਠਾ ਬੋਲਣ ਨਾਲ ਪ੍ਰੀਤ ਵੱਧਦੀ ਹੈ, ਉਸੇ ਤਰ੍ਹਾਂ ਕੌੜਾ ਬੋਲਣ ਨਾਲ ਪ੍ਰੇਮ ਟੁੱਟ ਜਾਂਦਾ ਹੈ। ਗੁਰਬਾਣੀ ਪ੍ਰਮਾਣ, ਟੂਟ ਪ੍ਰੀਤ ਗਈ ਬੁਰ ਬੋਲ। ਸੁੱਖ ਵਿੱਚ ਰੱਬ ਦੀ ਯਾਦ ਅਤੇ ਗੁੱਸੇ ਵਿੱਚ ਰੱਬ ਦਾ ਡਰ ਕਦੇ ਨਹੀਂ ਭੁਲਾਉਣਾ ਚਾਹੀਦਾ। ਕ੍ਰੋਧ ਹਨੇਰੀ ਵਾਂਗ ਆਉਂਦਾ ਹੈ ਅਤੇ ਮਿੰਟਾਂ ਵਿੱਚ, ਮਹੀਨਿਆਂ, ਸਾਲਾਂ ਅਤੇ ਕਈ ਵਾਰੀ ਦਹਾਕਿਆਂ ਦੀ ਮਿਹਨਤ ਨਾਲ ਬਣੀ ਸੁੱਖ ਦੀ ਇਮਾਰਤ ਨੂੰ ਤਬਾਹ ਕਰ ਦਿੰਦਾ ਹੈ। ਜਿਵੇਂ ਇੱਕ ਚਿੰਗਾਰੀ ਹਜ਼ਾਰਾਂ ਮਨ ਰੂਹ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਉਸੇ ਤਰ੍ਹਾਂ ਹੀ ਗੁੱਸੇ ਦੀ ਅੱਗ ਪਲਾਂ ਵਿੱਚ ਸਾਲਾਂ ਦੇ ਰਿਸ਼ਤੇ ਤਬਾਹ ਕਰ ਦਿੰਦੀ ਹੈ। ਜਿਵੇਂ ਮੀਂਹ ਪੈਣ ਤੋਂ ਪਹਿਲਾਂ ਆਕਾਸ਼ 'ਤੇ ਬੱਦਲ ਆ ਜਾਂਦੇ ਹਨ, ਉਸੇ ਤਰ੍ਹਾਂ ਹੀ ਗੁੱਸੇ ਦੇ ਆਉਣ ਤੋਂ ਪਹਿਲਾਂ ਦਿਲ ਵਿੱਚ ਖਿੱਝ ਕਾਰਨ ਵਿਆਕੁਲਤਾ ਪੈਦਾ ਹੁੰਦੀ ਹੈ। ਜੇ ਬੰਦਾ ਖਿੱਝ ਆਉਣ 'ਤੇ ਹੀ ਸੰਭਲ ਜਾਵੇ ਤਾਂ ਉਹ ਕ੍ਰੋਧ ਦੇ ਝੱਖੜ ਤੋਂ ਬਚ ਸਕਦਾ ਹੈ। ਜਦੋਂ ਕ੍ਰੋਧ ਆਵੇ ਉਦੋਂ ਕ੍ਰੋਧ ਦੇ ਨਤੀਜਿਆਂ ਬਾਰੇ ਸੋਚ ਲੈਣ ਨਾਲ ਕ੍ਰੋਧ ਸ਼ਾਂਤ ਹੋ ਜਾਂਦਾ ਹੈ। ਧੀਰਜ ਕ੍ਰੋਧ ਦਾ ਵੈਰੀ ਹੈ। ਧੀਰਜ ਧਾਰੀ ਰੱਖਣ ਨਾਲ ਕ੍ਰੋਧ ਅਸਰ ਨਹੀਂ ਕਰਦਾ। ਦਇਆ ਨਾਲ ਕ੍ਰੋਧ ਦਾ ਪੁਰਾਣਾ ਵੈਰ ਹੈ। ਜੋ ਇਨਸਾਨ ਦਇਆ ਨਾਲ ਭਰਪੂਰ ਹੁੰਦਾ ਹੈ ਉਹ ਕਿਸੇ 'ਤੇ ਕ੍ਰੋਧ ਵਿੱਚ ਜ਼ੁਲਮ ਨਹੀਂ ਕਰ ਸਕਦਾ। ਕ੍ਰੋਧ ਤੇਜ਼ਾਬ ਵਾਂਗ ਹੁੰਦਾ ਹੈ। ਜਿਸ ਭਾਂਡੇ ਵਿੱਚ ਤੇਜ਼ਾਬ ਹੋਵੇ ਉਹ ਭਾਂਡਾ ਗਲ ਜਾਂਦਾ ਹੈ। ਜਿਸ ਸਰੀਰ ਵਿੱਚ ਕ੍ਰੋਧ ਪੈਦਾ ਹੁੰਦਾ ਹੈ ਉਸ ਸਰੀਰ ਦਾ ਨੁਕਸਾਨ ਅਵਸ਼ ਹੁੰਦਾ ਹੈ। ਜਿਹੜਾ ਦਿਲ ਗੁੱਸੇ ਨਾਲ ਭਰਿਆ ਹੋਵੇ ਉਸ ਵਿੱਚ ਪ੍ਰੇਮ ਨਹੀਂ ਸਮਾ ਸਕਦਾ। ਅੱਗ ਨੂੰ ਅੱਗ ਨਹੀਂ ਬੁਝਾ ਸਕਦੀ। ਇਸੇ ਤਰ੍ਹਾਂ ਹੀ ਕ੍ਰੋਧੀ ਨੂੰ ਕ੍ਰੋਧੀ ਹੋ ਕੇ ਨਹੀਂ ਜਿੱਤਿਆ ਜਾ ਸਕਦਾ। ਅੱਗ ਨੂੰ ਪਾਣੀ ਅਤੇ ਕ੍ਰੋਧ ਨੂੰ ਧੀਰਜ ਅਤੇ ਸ਼ਾਂਤੀ ਨਾਲ ਜਿੱਤਿਆ ਜਾ ਸਕਦਾ ਹੈ। ਚੀਨ ਦਾ ਇੱਕ ਅਖਾਣ ਹੈ ਕਿ ਗੁੱਸਾ ਹਮੇਸ਼ਾ ਉਸ ਅਪਮਾਨ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਜਿਸ ਅਪਮਾਨ ਨੇ ਗੁੱਸਾ ਪੈਦਾ ਕੀਤਾ ਹੋਵੇ। ਦਇਆ ਧਰਮ ਦੀ ਮਾਂ ਹੈ ਅਤੇ ਕ੍ਰੋਧ ਦੀ ਵੈਰਣ ਹੈ। ਜਿੱਥੇ ਦਇਆ ਹੋਵੇ ਉੱਥੇ ਕ੍ਰੋਧ ਨਹੀਂ ਹੋ ਸਕਦਾ, ਪਰ ਉੱਥੇ ਧਰਮ ਜ਼ਰੂਰ ਹੁੰਦਾ ਹੈ। ਇਸ ਕਰਕੇ ਜੇ ਧਰਮੀ ਬੰਦਾ ਕ੍ਰੋਧ ਕਰੇ ਤਾਂ ਸਮਝ ਲਵੋ ਉਹ ਧਰਮੀ ਨਹੀਂ। ਜੋ ਕ੍ਰੋਧੀ ਹੁੰਦਾ ਹੈ ਉਹ ਕਾਮੀ ਵੀ ਜ਼ਰੂਰ ਹੁੰਦਾ ਹੈ, ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਕਿ ਵਿਸ਼ੇਈ ਬੰਦੇ ਨੂੰ ਹੀ ਕ੍ਰੋਧ ਆਪਣੇ ਵਸ ਕਰਕੇ ਬਾਂਦਰ ਵਾਂਗ ਨਚਾਉਂਦਾ ਹੈ। ਪ੍ਰਮਾਣ, ਬਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਸੋਨਾ ਢਾਲਣ ਲਈ ਸੁਨਿਆਰੇ ਸੁਹਾਗਾ ਵਰਤਦੇ ਹਨ। ਜਿਵੇਂ ਸੁਹਾਗੇ ਦਾ ਪਾਊਡਰ ਸੋਨੇ ਨੂੰ ਢਾਲ ਦਿੰਦਾ ਹੈ, ਉਸੇ ਤਰ੍ਹਾਂ ਹੀ ਕਾਮ ਅਤੇ ਕ੍ਰੋਧ ਸਰੀਰ ਨੂੰ ਗਾਲ ਦਿੰਦੇ ਹਨ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉਂ ਕੰਚਨ ਸੁਹਾਗਾ ਢਾਲੈ। ਇਸ ਕਰਕੇ ਗੁੱਸੇ ਵਾਲਾ ਬੰਦਾ ਅਵਸ਼ ਹੀ ਇੱਕ ਦਿਨ ਰੋਗੀ ਬਣ ਜਾਂਦਾ ਹੈ, ਉਸ ਦਾ ਸਰੀਰ ਤੰਦਰੁਸਤ ਨਹੀਂ ਰਹਿੰਦਾ। ਬਾਬਾ ਫਰੀਦ ਜੀ ਦੱਸਦੇ ਹਨ ਕਿ ਜੋ ਬੰਦਾ ਗੁੱਸਾ ਨਹੀਂ ਕਰਦਾ ਅਤੇ ਬੁਰੇ ਦਾ ਵੀ ਭਲਾ ਕਰਦਾ ਹੈ ਉਸ ਦੀ ਦੇਹੀ ਨੂੰ ਕਦੇ ਰੋਗ ਨਹੀਂ ਲੱਗਦਾ ਅਤੇ ਉਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਗੁੱਸਾ ਕਰਕੇ ਬੰਦਾ ਪਛਤਾਉਂਦਾ ਜ਼ਰੂਰ ਹੈ, ਕਿਉਂਕਿ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਪਾਸੋਂ ਕਿਸੇ ਨਾਲ ਧੱਕਾ ਜ਼ਰੂਰ ਹੋ ਜਾਂਦਾ ਹੈ। ਗੁੱਸੇ ਤੋਂ ਬਾਅਦ ਬੰਦੇ ਦਾ ਪਛਤਾਉਣਾ ਸਾਬਤ ਕਰਦਾ ਹੈ ਕਿ ਗੁੱਸਾ ਮਾੜੀ ਚੀਜ਼ ਹੈ। ਗੁੱਸੇ ਦੇ ਅਧੀਨ ਹੋਇਆ ਬੰਦਾ ਆਪਣੇ ਪਿਆਰਿਆਂ ਨੂੰ ਵੀ ਨਹੀਂ ਬਖਸ਼ਦਾ। ਗੁੱਸੇ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਬਾਣੀ ਦਾ ਹੁਕਮ ਹੈ ਕਿ ਕ੍ਰੋਧੀ ਬੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਪਾਸ ਦੁਆਸ ਨਾ ਪਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ। ਕ੍ਰੋਧ ਇਨਸਾਨ ਨੂੰ ਮੂਰਖ ਬਣਾ ਦਿੰਦਾ ਹੈ। ਵੱਡੇ ਵੱਡੇ ਸਿਆਣੇ ਵੀ ਗੁੱਸੇ ਵਿੱਚ ਮੂਰਖਾਂ ਵਾਲੇ ਕੰਮ ਕਰਨ ਲੱਗ ਜਾਂਦੇ ਹਨ। ਸਮੇਂ ਦੀ ਕ੍ਰੋਧ ਨਾਲ ਪ੍ਰੀਤ ਨਹੀਂ ਹੈ।
ਜੇ ਕ੍ਰੋਧ ਦਾ ਸਮਾਂ ਦੜ ਵੱਟ ਕੇ ਚੁੱਪ ਕਰਕੇ ਲੰਘਾ ਲਿਆ ਜਾਵੇ ਤਾਂ ਇਨਸਾਨ ਵੱਡੇ ਪਾਪਾਂ ਤੋਂ ਬਚ ਜਾਂਦਾ ਹੈ। ਫਰਾਂਸ ਦਾ ਮੁਹਾਵਰਾ ਹੈ ਕਿ ਕ੍ਰੋਧ ਇੱਕ ਮਾੜਾ ਸਲਾਹਕਾਰ ਹੈ। ਕੋਈ ਵੀ ਕ੍ਰੋਧੀ ਹੋ ਸਕਦਾ ਹੈ ਕਿਉਂਕਿ ਇੱਦਾਂ ਕਰਨਾ ਸੌਖਾ ਹੈ, ਪਰ ਸਹੀ ਬੰਦੇ 'ਤੇ ਸਹੀ ਮਾਤਰਾ ਵਿੱਚ ਸਹੀ ਸਮੇਂ 'ਤੇ ਸਹੀ ਕਾਰਨ ਕਰਕੇ ਅਤੇ ਸਹੀ ਤਰੀਕੇ ਨਾਲ ਗੁੱਸੇ ਹੋਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕ੍ਰੋਧ ਵੇਲੇ ਖਾਮੋਸ਼ੀ ਉਹ ਕੰਮ ਦਿੰਦੀ ਹੈ ਜੋ ਗੋਲੀ ਚੱਲਣ ਵੇਲੇ ਬੁਲੇਟ ਪਰੂਫ ਜੈਕਟ ਦਿੰਦੀ ਹੈ। ਕ੍ਰੋਧ ਵੇਲੇ ਤਾਂ ਇੱਕ ਚੁੱਪ ਸੌ ਸੁੱਖ ਵਾਲੀ ਗੱਲ 16 ਆਨੇ ਸੱਚ ਹੈ। ਕ੍ਰੋਧੀ ਬੰਦਾ ਭੁਸਰੇ ਸਾਨ ਵਾਂਗ ਹੁੰਦਾ ਹੈ। ਭੁਸਰਿਆ ਸਾਨ ਕਿਤੇ ਨਾ ਕਿਤੇ ਢੁੱਡ ਮਾਰਨ ਲਈ ਕਾਹਲਾ ਹੁੰਦਾ ਹੈ। ਕ੍ਰੋਧੀ ਬੰਦਾ ਵੀ ਕਿਸੇ 'ਤੇ ਆਪਣਾ ਗੁੱਸਾ ਕੱਢਣ ਲਈ ਉਤਾਵਲਾ ਹੁੰਦਾ ਹੈ। ਜਿਵੇਂ ਭੁਸਰੇ ਸਾਨ ਤੋਂ ਕਿਨਾਰਾ ਕਰ ਲੈਣਾ ਉੱਤਮ ਗੱਲ ਹੈ, ਉਸੇ ਤਰ੍ਹਾਂ ਹੀ ਕ੍ਰੋਧੀ ਬੰਦੇ ਤੋਂ ਦੂਰ ਰਹਿਣਾ ਸਿਆਣਪ ਵਾਲੀ ਗੱਲ ਹੈ। ਕ੍ਰੋਧ ਇਨਸਾਨ ਦਾ ਛੋਟਾਪਨ ਜ਼ਾਹਰ ਕਰਦਾ ਹੈ, ਜਦਕਿ ਖਿਮਾ ਇਨਸਾਨ ਦੇ ਵਡੱਪਣ ਦਾ ਸਬੂਤ ਹੈ। ਕ੍ਰੋਧ ਦੀ ਬਜਾਏ ਸ਼ਾਂਤੀ ਅਤੇ ਖਿਮਾ ਧਾਰਨ ਕਰਨ ਨਾਲ ਸਿੱਖ ਦੀ ਉੱਚੀ ਆਤਮਕ ਅਵਸਥਾ ਜ਼ਾਹਰ ਹੁੰਦੀ ਹੈ। ਰਿੱਧੀਆਂ ਸਿੱਧੀਆਂ ਨਾਲ ਜਾਂ ਬਹੁਤੇ ਜਪ ਤਪ ਨਾਲ ਉੱਚੀ ਆਤਮਕ ਅਵਸਥਾ ਜ਼ਾਹਰ ਨਹੀਂ ਹੁੰਦੀ, ਬਲਕਿ ਕ੍ਰੋਧ ਵਿੱਚ ਸ਼ਾਂਤੀ ਬਣਾਈ ਰੱਖਣ ਨਾਲ ਉੱਚੀ ਅਵਸਥਾ ਪ੍ਰਗਟ ਹੁੰਦੀ ਹੈ। ਇਸੇ ਕਰਕੇ ਹੀ ਵਿਸ਼ਵਾਮਿੱਤਰ ਰਾਜ ਰਿਖੀ ਸੀ ਅਤੇ ਵਸ਼ਿਸ਼ਠ ਬ੍ਰਹਮ ਰਿਖੀ ਸੀ। ਚੀਨ ਦਾ ਮੁਹਾਵਰਾ ਹੈ ਕਿ ਜੇ ਤੁਸੀਂ ਗੁੱਸੇ ਦੇ ਇੱਕ ਪਲ ਵਿੱਚ ਸਬਰ ਰੱਖ ਲਵੋ ਤਾਂ ਤੁਸੀਂ ਆਉਣ ਵਾਲੇ 100 ਦਿਨਾਂ ਦੇ ਦੁੱਖ ਤੋਂ ਬਚ ਸਕਦੇ ਹੋ। ਇਹ ਨੁਕਤੇ ਇੱਕ ਵਾਰ ਸੁਣ ਕੇ ਗੱਲ ਨਹੀਂ ਬਣਨੀ। ਬੇਨਤੀ ਹੈ ਕਿ ਇਸ ਵੀਡੀਓ ਨੂੰ ਅਨੇਕਾਂ ਵਾਰੀ ਦੇਖ ਕੇ ਇਹ ਨੁਕਤੇ ਆਪਣੇ ਹਿਰਦੇ ਵਿੱਚ ਵਸਾ ਕੇ ਇਹ ਪੱਕਾ ਨਿਸ਼ਚਾ ਕਰੋ ਕਿ ਅਸੀਂ ਕ੍ਰੋਧ ਨਹੀਂ ਕਰਨਾ, ਨਹੀਂ ਕਰਨਾ, ਨਹੀਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।